ਕੀ ਹਾਲ ਹੈ ਦੋਸਤੋ? ਮੈਂ ਸੋਚਿਆ ਤੁਹਾਡੇ ਨਾਲ ਗੱਲਾਂ ਕਰ ਲਈਏ ਦੋ ਚਾਰ। ਵਾਪਸ ਜਾ ਰਹੇ ਸੀ ਅੱਜ ਮੂਸੇਵਾਲਾ ਸਾਹਿਬ ਦੇ ਭੋਗ ਦੇ ਸਮਾਗਮ ਤੋਂ ਬਾਅਦ, ਐਂਡ ਬਹੁਤ ਦੁਨੀਆ ਨੇ ਅੱਜ ਸਾਡੇ ਭਰਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਦੂਰੋਂ ਦੂਰੋਂ ਲੋਕ ਸੰਗਤਾਂ ਆਈਆਂ ਬਿਹਾਰ ਤੋਂ। ਔਰ ਅੱਜ ਮੈਨੂੰ ਇੱਕ ਬੰਦਾ ਤਾਂ ਕਰਨਾਟਕਾ ਤੋਂ ਮਿਲਿਆ, ਪਤਾ ਨਹੀਂ ਉਹ ਲੋਕ ਕਿਵੇਂ ਸਾਡੇ ਭਰਾ ਦਾ ਸੰਗੀਤ ਜਿਹੜਾ ਗਾਣਾ ਸੀ ਉਹਨੂੰ ਸਮਝਦੇ ਕਿਵੇਂ ਹੋਣਗੇ। ਔਰ ਜਿੰਨੇ ਵੀ ਲੋਕ ਸੀਗੇ ਸ਼੍ਰੋਮਣੀ ਕਮੇਟੀ ਵਾਲੇ ਜਾਂ ਸਟੇਟ ਸਕੱਤਰ, ਉਹਨਾਂ ਇਹ ਪਹਿਲਾ ਸਮਾਗਮ ਹੈ ਇਸ ਤਰ੍ਹਾਂ ਦਾ ਅਸੀਂ ਵੇਖਿਆ। ਔਰ ਮੈਂ ਸਮਝਦਾ ਕਿ ਬੇਸ਼ੱਕ ਸਰੀਰਕ ਤੌਰ 'ਤੇ ਸਾਡਾ ਭਰਾ ਸਾਡੇ 'ਚੋਂ ਚਲਾ ਗਿਆ, ਲੇਕਿਨ ਦੁਨੀਆ ਦੇ ਅੰਦਰ ਹਰੇਕ ਇਨਸਾਨ ਦੇ ਦਿਲ ਵਿੱਚ, ਹਰੇਕ ਪੰਜਾਬੀ ਦੇ ਦਿਲ ਵਿੱਚ, ਨਾ ਕੇਵਲ ਪੰਜਾਬੀ ਦੇ, ਆਪਦੀ ਜਗ੍ਹਾ ਬਣਾ ਗਿਆ। ਸੋ ਇੱਕ ਗੱਲ ਦੀ ਹੋਰ ਵੀ ਮਨ ਨੂੰ ਖੁਸ਼ੀ ਹੋਈ ਅੱਜ ਕਿ ਬਹੁਤ ਦੁੱਖ ਲੱਗ ਰਿਹਾ ਸੀ ਕਈ ਦਿਨਾਂ ਤੋਂ। ਕੁਝ ਲੋਕ ਮੇਰੇ ਤੇ ਵੀ ਤੰਜ ਕੱਸ ਰਹੇ ਸਨ ਕਿ ਰਾਜਾ ਵੜਿੰਗ ਸਿਆਸਤ ਕਰ ਰਿਹਾ ਹੈ, ਰਾਜਾ ਵੜਿੰਗ ਨੇ, ਕਈਆਂ ਨੇ ਤਾਂ ਫਿਰ ਖੁੱਲ੍ਹ ਕੇ ਆਪਣਾ ਕੰਮ ਹੀ ਚਲਾ ਲਿਆ। ਕਿਉਂਕਿ ਅੱਜ ਠੀਕ ਆ, ਭੋਲਾ ਜੀ ਨੇ ਸੋਸ਼ਲ ਮੀਡੀਆ 'ਤੇ ਸਮਾਨ ਵੇਚਣ ਦੇ ਮਾਰੇ ਕਈ ਲੋਕ ਕੁਝ ਵੀ ਕਹਿ ਜਾਂਦੇ ਨੇ, ਕਿਉਂਕਿ ਯੂਟਿਊਬ ਤੋਂ ਪੈਸੇ ਆਉਣੇ ਹੁੰਦੇ ਆ ਉਹਨਾਂ ਲੋਕਾਂ ਨੂੰ, ਉਹਨਾਂ ਚੈਨਲਸ ਨੂੰ, ਉਹਨਾਂ ਲੋਕਾਂ ਨੂੰ। ਸੋ ਅੱਜ ਦੀ ਜਿਹੜੀ ਸ਼ਰਧਾਂਜਲੀ ਔਰ ਭੋਲਾ ਬਾਈ ਜੀ ਨੇ ਅਖੀਰਲੇ ਜਿਹੜੇ ਸ਼ਬਦ ਉਹਨਾਂ ਨੇ ਮੰਚ 'ਤੇ ਲੋਕਾਂ ਦਾ ਧੰਨਵਾਦ ਕਰਨ ਸਮੇਂ ਰੱਖੇ, ਉਹਨਾਂ ਨੇ ਇਹੀ ਕਿਹਾ ਕਿ ਯਾਰ ਸੱਚੀ ਗੱਲ ਤਾਂ ਜ਼ਰੂਰ ਕਹਿ ਦਿਆ ਕਰੋ, ਲੇਕਿਨ ਐਵੇਂ ਕਿਸੇ ਬਾਰੇ ਮਾੜਾ ਬੋਲਣਾ ਚੰਗੀ ਗੱਲ ਨਹੀਂ ਹੈ। ਔਰ ਮਾਤਾ ਨੇ ਸਾਡੀ ਨੇ ਕਿਵੇਂ ਨੇ ਕਿਹਾ, ਦਲੇਰੀ ਦੇ ਨਾਲ ਸੱਦ ਕੇ ਜਾਈਏ, ਗੁਰੂ ਮਹਾਰਾਜ ਦੀ ਕਿਰਪਾ ਰਹੀ ਪਰਿਵਾਰ 'ਤੇ, ਕਿਸ ਦਲੇਰੀ ਦੇ ਨਾਲ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਮੇਰੇ ਪੁੱਤ ਦੀ ਯਾਦ ਦੇ ਵਿੱਚ ਪੋਲਿਊਸ਼ਨ ਵੱਧ ਗਿਆ, ਮੈਂ ਚਾਹੂੰਗੀ ਕਿ ਹਰ ਵਿਅਕਤੀ ਫਿਰ ਪਾਲੇ ਉਰੇ ਨਾਮ ਨੂੰ, ਸ਼ੁਭਦੀਪ ਦੇ ਨਾਮ ਨੂੰ। ਔਰ ਆਸ ਕਰਦਾ ਕਿ ਤੁਸੀਂ ਸਾਰੇ ਲੋਕ ਇਹ ਕਰੋਗੇ। ਔਰ ਨਾਲ ਹੀ ਨਾਲ ਮਨ ਨੂੰ ਥੋੜੀ ਠੇਸ ਵੀ ਪਹੁੰਚੀ ਕਿ ਇੱਕ ਪਾਸੇ ਉਸ ਨੌਜਵਾਨ ਦਾ ਅੰਤਿਮ ਅਰਦਾਸ ਹੋ ਰਹੀ ਸੀ ਔਰ ਉਸ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਸਰਕਾਰ ਕੈਬਨਿਟ ਬੁਲਾ ਰਹੀ ਸੀ ਔਰ ਪਤਾ ਨਹੀਂ ਹੋ ਸਕਦਾ ਕੀਤੀ ਹੋਵੇ ਕੈਬਨਿਟ ਦੇ ਵਿੱਚ ਉਸ ਸਾਡੇ ਭਰਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਕਿ ਨਹੀਂ ਕੀਤੀ, ਸਮਾਂ ਮਿਲਿਆ ਸਰਕਾਰ ਵਾਲਿਆਂ ਨੂੰ ਕਿ ਨਹੀਂ ਮਿਲਿਆ। ਔਰ ਜਿੱਥੇ ਅੱਜ ਗਿਆਨੀ ਜੀ ਹੈੱਡ ਗ੍ਰੰਥੀ ਹਰਿਮੰਦਰ ਸਾਹਿਬ ਗੁਰਮਤਿ ਦੀਆਂ ਗੱਲਾਂ, ਪੱਗ ਦੀਆਂ ਗੱਲਾਂ ਔਰ ਲੋਕਾਂ ਨੂੰ ਇਹ ਸਿੱਖਿਆ ਦੇ ਰਹੇ ਸੀ ਕਿ ਦਸਤਾਰ ਸਜਾ ਕੇ ਰੱਖਣੀ ਹੈ, ਆਪਸ ਵਿੱਚ ਭਾਈਚਾਰਾ ਵਧਾਉਣਾ ਹੈ, ਨਸ਼ਿਆਂ ਤੋਂ ਰਹਿਤ ਸਾਡੇ ਪੰਜਾਬ ਨੂੰ ਬਣਾਉਣਾ ਹੈ,
ਆਓ ਹੁਣ ਸੱਚੀ ਸ਼ਰਧਾਂਜਲੀ ਆਪਾਂ ਮੂਸੇਵਾਲਾ ਸਾਹਿਬ ਨੂੰ ਇਹੀ ਹੋਏਗੀ ਸਿੱਧੂ ਨੂੰ ਕਿ ਆਪਾਂ ਇਹਨਾਂ ਸਾਰੀਆਂ ਗੱਲਾਂ ਤੋਂ ਰਹਿਤ ਹੋ ਕੇ ਆਪਾਂ ਮਾਂ ਬਾਪ ਦਾ ਆਦਰ ਸਤਿਕਾਰ ਕਰੀਏ ਔਰ ਨਸ਼ਿਆਂ ਤੋਂ ਬਚੀਏ ਅਤੇ ਇੱਕ ਦੂਜੇ ਤੋਂ ਜਿਹੜੀ ਆ ਦੁਸ਼ਮਣੀ ਹੈ ਇਹਨਾਂ ਤੋਂ ਬਚੀਏ। ਉੱਥੇ ਨਾਲ ਸਰਕਾਰ ਨੇ ਅੱਜ ਕੈਬਨਿਟ ਬੁਲਾਈ। ਚੰਗਾ ਹੁੰਦਾ ਜੇ ਕੈਬਨਿਟ ਨੂੰ ਅੱਗੇ ਕਰ ਦਿੱਤਾ ਜਾਂਦਾ ਕਿਉਂਕਿ ਅੱਜ ਬਹੁਤ ਵੱਡਾ ਦਿਨ ਸੀ, ਬਹੁਤ ਵੱਡਾ ਦੁਖਾਂਤ ਸੀ ਅਤੇ ਨਾਲ ਨਾਲ ਤੋਹਫ਼ਾ ਕੀ ਦਿੱਤਾ ਕਿ ਅਸੀਂ ਸ਼ਰਾਬ ਸਸਤੀ ਕਰ ਦਿੱਤੀ ਗਈ ਹੈ। ਚਲੋ ਸ਼ਰਾਬ ਸਸਤੀ ਨਾਲ ਕੀ ਫਾਇਦੇ ਹੋਣੇ ਹੈ ਜਾਂ ਕੀ ਨੁਕਸਾਨ ਹੋਣੇ ਹੈ ਮੈਂ ਇਹਦੇ 'ਤੇ ਟਿੱਪਾ ਟਿੱਪਣੀ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਨਤਾ ਆਪ ਉਹਦਾ ਨਤੀਜਾ ਦੇਖੇਗੀ ਕੀ ਹੋਏਗਾ। ਚੰਗਾ ਹੁੰਦਾ ਜੇ ਦੁੱਧ ਸਸਤਾ ਕਰ ਦਿੰਦੇ ਔਰ ਕਿਉਂਕਿ ਪੀਣ ਵਾਲੇ ਤਾਂ ਹੋ ਸਕਦਾ ਹੁਣ ਪਊਏ ਦੀ ਥਾਂ 'ਤੇ ਬੋਤਲ ਪੀ ਲਿਆ ਕਰਨ, ਲੇਕਿਨ ਬੋਤਲ ਪੀ ਕੇ ਜਦ ਉਹ ਘਰ ਜਾਏਗਾ ਵਿਅਕਤੀ ਸਸਤੀ ਦਾਰੂ ਵੇਖ ਕੇ ਘਰ ਦੇ ਵੀ ਪਰੇਸ਼ਾਨ ਹੋਣਗੇ, ਬੱਚੇ ਵੀ ਪਰੇਸ਼ਾਨ ਹੋਣਗੇ, ਉਹਦੀ ਸਿਹਤ ਦਾ ਵੀ ਨੁਕਸਾਨ ਹੋਏਗਾ ਮੈਨੂੰ ਲੱਗਦਾ। ਔਰ ਇਹਦੇ ਜਿਹੜੇ ਖਮਿਆਜ਼ੇ ਆ ਮੈਨੂੰ ਲੱਗਦਾ ਉਹ ਪੰਜਾਬ ਨੂੰ ਭੁਗਤਣੇ ਪੈ ਸਕਦੇ ਨੇ। ਆਸ ਤਾਂ ਕਰਦੇ ਸੀ ਕਿ ਸਰਕਾਰ ਕੋਈ ਚੰਗੀ ਚੀਜ਼ ਔਰ ਅੱਜ ਦੇ ਦਿਨ ਤਾਂ ਬਿਲਕੁਲ ਹੀ ਕੋਈ ਚੰਗੀ ਚੀਜ਼ ਹੋਣੀ ਚਾਹੀਦੀ ਸੀ, ਨਾ ਕਿ ਸ਼ਰਾਬ ਦੀ ਗੱਲ ਹੀ ਨਹੀਂ ਹੋਣੀ ਚਾਹੀਦੀ ਜਿੱਥੇ ਗੁਰਮਤ ਦੀਆਂ ਗੱਲਾਂ ਹੋ ਰਹੀਆਂ, ਨੌਜਵਾਨਾਂ ਨੂੰ ਸੇਧ ਦੇਣ ਦੀ ਗੱਲ ਹੋ ਰਹੀ ਹੈ, ਉੱਥੇ ਅੱਜ ਸ਼ਰਾਬ ਸਸਤੀ ਵਾਲਾ ਐਲਾਨ ਕਰਨਾ ਔਰ ਅੱਜ ਦੇ ਦਿਨ ਕਰਨਾ ਕੋਈ ਮੈਨੂੰ ਕੋਈ ਬਹੁਤੀ ਚੰਗੀ ਗੱਲ ਲੱਗੀ ਨਹੀਂ। ਚਲੋ ਸੱਚੇ ਪਾਤਸ਼ਾਹ ਪਰਮਾਤਮਾ ਸਮਤ ਬਖਸ਼ੇ ਇਹਨਾਂ ਲੋਕਾਂ ਨੂੰ ਕਿ ਇਹ ਪੰਜਾਬ ਦਾ ਭਲਾ ਕਰਨ, ਲੋਕਾਂ ਨੂੰ ਚੰਗੇ ਰਸਤੇ ਪਾਉਣ। ਔਰ ਮੇਰੀ ਇਹੀ ਬੇਨਤੀ ਹੈ, ਇਹ ਤਾਂ ਚਲੋ ਬਾਅਦ 'ਚ ਆਪਾਂ ਜਾਇਜ਼ਾ ਲਾ ਲਾਂਗੇ, ਸਭ ਨੂੰ ਬੇਨਤੀ ਹੈ ਕਿ ਆਪਾਂ ਜੋ ਅੱਜ ਬਾਈਬਲ ਕੌਰ ਸਿੰਘ ਜੀ ਨੇ ਅਤੇ ਸਾਡੀ ਮਾਤਾ ਜੀ ਨੇ ਜੋ ਕਿਹਾ ਹੈ ਆਪਾਂ ਉਹਦੇ 'ਤੇ ਪੂਰੇ ਫੁੱਲ ਚੜ੍ਹਾਉਣੇ ਹੈ ਸਭ ਲੋਕਾਂ ਨੇ। ਔਰ ਇਹ ਦੁਸ਼ਮਣੀਆਂ, ਇਹ ਇੱਕ ਦੂਜੇ ਦੀ ਲੜਾਈ ਔਰ ਇੱਕ ਦੂਜੇ ਨੂੰ ਚੰਗੇ ਮਾੜੇ ਸ਼ਬਦ ਬੋਲਣੇ, ਰੱਬ ਦੇ ਵਾਸਤੇ ਆਪਾਂ ਇਹ ਬੰਦ ਕਰੀਏ ਔਰ ਆਪਾਂ ਆਪਦੇ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ, ਪੰਜਾਬ ਨੂੰ ਦਾ ਨਾਮ ਹੋਰ ਰੌਸ਼ਨ ਕਰੀਏ। ਪੰਜਾਬ ਨੂੰ ਅੱਜ ਮਾੜੇ ਕੰਮਾਂ ਦੇ ਨਾਂ ਨਾਲ ਜਾਣਿਆ ਜਾਂਦਾ, ਲੋਕ ਇਹ ਗੱਲ ਕਹਿੰਦੇ ਕਿ ਉੱਥੇ ਗੈਂਗਸਟਰ ਵਾਰ ਹੈ, ਉੱਥੇ ਫਲਾਂ ਹੈ, ਉੱਥੇ ਨਸ਼ਾ ਹੈ। ਆਓ ਤਕੜੇ ਹੋ ਕੇ ਅੱਜ ਦੇ ਇਸ ਦਿਹਾੜੇ 'ਤੇ ਇਹ ਪ੍ਰਣ ਕਰੀਏ ਕਿ ਆਪਾਂ ਸਾਡੇ ਪੰਜਾਬ ਨੂੰ ਅਤੇ ਪੰਜਾਬ ਦੀ ਜਵਾਨੀ ਨੂੰ ਆਉਣ ਵਾਲੇ ਸਮੇਂ 'ਚ ਬਚਾਵਾਂਗੇ, ਉਹਦੀ ਲੜਾਈ ਲੜਾਂਗੇ। ਜਿੱਥੇ ਵੀ ਕਿਤੇ ਕੋਈ ਗਲਤੀ ਹੁੰਦੀ ਹੈ, ਕੋਈ ਨਜਾਇਜ਼ ਕਰਦਾ, ਉਹਨਾਂ ਭਰਾਵਾਂ ਨੂੰ ਸਮਝਾਈਏ ਅਤੇ ਉਹਨਾਂ ਨੂੰ ਚੰਗੇ ਰਸਤੇ ਪਾਈਏ। ਇਹੀ ਮੈਨੂੰ ਲੱਗਦਾ ਕਿ ਸਿੱਧੂ ਨੂੰ ਚੰਗੀ ਸ਼ਰਧਾਂਜਲੀ ਹੋਊਗੀ। ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਸਭ ਲੋਕਾਂ ਨੇ ਬਹੁਤ, ਕਿਉਂਕਿ ਮੇਰਾ ਵੀ ਸਿੱਧੂ ਨਾਲ ਪਿਆਰ ਸੀ, ਸੋ ਮੈਂ ਚਾਹੁੰਦਾ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਤੁਸੀਂ ਲੋਕਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ, ਹਮਦਰਦੀ ਪ੍ਰਗਟਾਈ।
ਫਿਰ ਮੁਲਾਕਾਤ ਕਰਦੇ ਹਾਂ, ਫਿਰ ਗੱਲਾਂ ਕਰਦੇ ਹਾਂ। ਧੰਨਵਾਦ।